ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਪੇਪਰ ਉਸ ਤਰ੍ਹਾਂ ਨਹੀਂ ਮੈਂ ਪੜ੍ਹਨਾ, ਮੇਰਾ ਜਿੰਨਾ ਕੁ ਟਾਈਮ ਦਿੱਤਾ ਜਾਊਗਾ ਮੈਂ ਕੁਛ ਉਚਾਰਨ ਦੀਆਂ ਗੱਲਾਂ ਕਰਨੀਆਂ ਨੇ। ਮੈਨੂੰ ਨਹੀਂ ਪਤਾ ਕਿੰਨੇ ਕੁ ਵੀਰ ਇੱਥੇ ਨੇ ਜਿਹੜੇ ਰਾਗੀ ਸਿੰਘ ਬੈਠੇ ਨੇ। ਦੋ ਬੇਨਤੀਆਂ ਪਹਿਲਾਂ ਇਹ ਨੇ ਵੀ ਇਹ ਸਾਰੇ ਵੀਰਾਂ ਭੈਣਾਂ 'ਤੇ ਲਾਗੂ ਨਹੀਂ ਹੁੰਦੀ ਗੱਲ, ਕੁਛ ਕੁ 'ਤੇ ਲਾਗੂ ਹੁੰਦੀ ਹੈ, ਕੋਈ ਇਹ ਨਾ ਸੋਚੋ ਮੈਂ ਸਾਰਿਆਂ ਨੂੰ ਕਹਿ ਰਿਹਾ। ਟੌਪਿਕ ਜਿਵੇਂ ਭਾਈ ਸਾਹਿਬ ਨੇ ਦੱਸਿਆ, ਗੁਰਬਾਣੀ ਉਚਾਰਨ ਅਤੇ ਸੰਗੀਤ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਚਾਰਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਆਮ ਤੌਰ 'ਤੇ ਤਿੰਨ ਪੱਧਰ ਜਾਂ ਲੈਵਲ ਬਣਦੇ ਨੇ। ਇੱਕ ਤਾਂ ਹੈਗਾ ਰੀਡ ਪਾਠ ਦੇ ਪੱਧਰ 'ਤੇ, ਇੱਕ ਅਰਥ, ਇੱਕ ਸੰਗੀਤ। ਅਸੀਂ ਸੰਗੀਤ ਪੱਧਰ ਨਾਲ ਗੁਰਬਾਣੀ ਉਚਾਰਨ ਅਤੇ ਸੰਗੀਤ ਕਿਵੇਂ ਜੁੜੇ ਹੋਏ ਨੇ ਅਤੇ ਇਸ ਤਰ੍ਹਾਂ ਕਿੱਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਦੀਆਂ ਕੁਝ ਕੁ ਵਿਹਾਰਕ ਜਿਹੀਆਂ ਗੱਲਾਂ ਕਰਨੀਆਂ ਨੇ। ਸਤਿਕਾਰਯੋਗ ਮੈਡਮ ਨਿਵੇਦਤਾ ਸਿੰਘ ਜੀ ਕਹਿ ਰਹੇ ਸਨ ਕਿ ਵਿਹਾਰ ਅਤੇ ਸਿਧਾਂਤ ਦੀ ਸੁਮੇਲਤਾ ਚਾਹੀਦੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰ ਦੇਵਾਂ, ਮੈਂ ਗੁਰਮਤਿ ਸੰਗੀਤ ਦਾ ਜਾਂ ਸੰਗੀਤ ਦਾ ਵਿਦਿਆਰਥੀ ਨਹੀਂ ਹਾਂ। ਥੋੜ੍ਹਾ ਮੋਟਾ ਫਿਲੋਸਫੀ, ਲਿੰਗਵਿਸਟਿਕ, ਮੈਨੂਸਕ੍ਰਿਪਟੋਲੋਜੀ ਥੋੜ੍ਹਾ ਮੋਟਾ ਇਹਦੇ ਨਾਲ ਮੇਰਾ ਵਾਬਸਤਾ ਹੈ। ਇਸ ਕਰਕੇ ਸੰਗੀਤਕ ਐਂਗਲ ਤੋਂ ਸਿਰਫ ਉਹਦੇ ਇੱਕ ਅੱਖਰ ਵੀ ਸ਼ਾਇਦ ਮੈਂ ਗਾ ਨਹੀਂ ਸਕਦਾ, ਪਰ ਥੋੜ੍ਹਾ ਕਿਤਾਬਾਂ ਪੜ੍ਹਨ ਦੀ ਸ਼ੌਕ ਹੈ ਉਹਦੇ ਕਰਕੇ ਸੰਗੀਤ ਦੀਆਂ ਕੁਝ ਕਿਤਾਬਾਂ ਪੜ੍ਹੀਆਂ ਨੇ ਅਤੇ ਉਹਦੇ ਹਵਾਲੇ ਨਾਲ। ਪਰ ਗੁਰਬਾਣੀ ਉਚਾਰਨ ਦੀ ਗੱਲ ਵਿਸ਼ੇਸ਼ ਕਰਾਂਗਾ। ਟੈਕਨੀਕਲ ਕੋਈ ਮਿਊਜ਼ੀਕਲ ਮਿਸਟੇਕ ਹੋ ਗਈ ਤਾਂ ਮਾਫ਼ ਕਰ ਦੇਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਅਸੀਂ ਨੇਚਰ ਦੇਖਦੇ ਹਾਂ ਤਾਂ ਕੁਝ ਚਾਰ ਚੀਜ਼ਾਂ ਨੇ, ਇੱਕ ਕਵਿਤਾ, ਇੱਕ ਸੰਗੀਤ, ਇੱਕ ਫਿਲੋਸਫੀ ਅਤੇ ਇੱਕ ਧਰਮ। ਜਾਣੀ ਕਾਵਿ, ਸੰਗੀਤ, ਧਰਮ ਅਤੇ ਦਰਸ਼ਨ ਦਾ ਚਾਰਾਂ ਦਾ ਇਕੱਠਾ ਨੇਚਰ ਹੈ ਉਹ। ਆਮ ਤੌਰ 'ਤੇ ਸਾਡੇ ਇਹਦੇ ਵਿੱਚ ਜਿਹੜਾ ਕੇਂਦਰ ਹੈ, ਜਿਹੜਾ ਇਹਦਾ ਕੇਂਦਰੀ ਨੇਚਰ ਹੈ ਉਹ ਰਿਲੀਜ਼ਨ ਆ, ਧਰਮ ਆ। ਇਹਦਾ ਜਿਹੜਾ ਐਕਸਪੀਰੀਅੰਸ ਆ, ਵਿਜ਼ਨਰ ਵਿਜ਼ਡਮ ਆ, ਉਹ ਕੇਂਦਰ ਆ। ਧਾਰਮਿਕ ਜਿਹਨੂੰ ਅਸੀਂ ਕਹਿੰਦੇ ਹਾਂ, ਧਾਰਮਿਕਤਾ ਇਹਦੀ ਕੇਂਦਰੀ ਵਿਸ਼ੂ ਆ। ਸੰਗੀਤ ਇਹਦਾ ਕੇਂਦਰੀ ਸਬਜੈਕਟ ਨਹੀਂ ਹੈ, ਨਾ ਕਵਿਤਾ ਕੇਂਦਰੀ ਹੈ, ਨਾ ਹੀ ਫਿਲੋਸਫੀ। ਇਹ ਫਿਲੋਸਫੀ ਦਾ ਸੰਬੰਧ ਇਹਦੀ ਵਿਚਾਰਧਾਰਾ ਨਾਲ ਹੈ। ਸੰਗੀਤ ਔਰ ਕਵਿਤਾ ਇਹਦੇ ਸਹਾਇਕ ਸਾਧਨ ਨੇ। ਸਾਡੇ ਅਕਸਰ ਇਹ ਹੁੰਦਾ ਵੀ ਜਦੋਂ ਕਿਸੇ ਸਾਡੇ ਅਧਿਐਨ ਕਾਰਜ ਨੇ ਉਹਨਾਂ ਦੀ ਇੱਕ ਪ੍ਰਮੁੱਖ ਸੀਮਾ ਇਹ ਹੈ ਕਿ ਜਿਸ ਵੀ ਸਬਜੈਕਟ ਦੀ ਸਟੱਡੀ ਕੀਤੀ ਜਾਂਦੀ ਹੈ ਉਹਨੂੰ ਕੇਂਦਰ 'ਚ ਰੱਖ ਲਿਆ ਜਾਂਦਾ। ਉਦਾਹਰਨ ਵਜੋਂ ਅੱਜ ਇਸ ਸੈਮੀਨਾਰ 'ਚ ਇਸ ਤਰ੍ਹਾਂ ਲੱਗਦਾ ਕਿ ਗੁਰੂ ਸਾਹਿਬ ਸੰਗੀਤ ਤੋਂ ਬਿਨਾਂ ਕੋਈ ਹੋਰ ਗੱਲ ਹੀ ਨਹੀਂ ਕਰ ਰਹੇ, ਸਾਰਾ ਕੁਛ ਸੰਗੀਤ 'ਤੇ ਕੇਂਦਰਿਤ ਕੀਤਾ ਗਿਆ। ਮਤਲਬ ਜਿਹੜੀ ਕਿਤਾਬ ਇਸ ਇੰਸਟੀਟਿਊਸ਼ਨ ਨੇ ਛਾਪੀ ਆ ਉਹਦੇ ਮੈਂ ਚਾਰ ਕੁ ਲੇਖ ਪੜ੍ਹ ਲਏ ਬੈਠੇ ਬੈਠੇ ਨੇ, ਲਗਭਗ ਸ਼ਾਮ ਤੱਕ ਪੂਰੀ ਹੋ ਜਾਏਗੀ ਉਹ। ਉਹਦੇ ਵਿੱਚ ਵੀ ਤਕਰੀਬਨ ਸਾਰੇ ਇੱਥੋਂ ਹੀ ਗੱਲ ਸ਼ੁਰੂ ਕਰਦੇ ਆ ਕਿ ਮਤਲਬ ਗੁਰਬਾਣੀ ਵਿੱਚ ਸੰਗੀਤ ਪ੍ਰਧਾਨ ਹੈ, ਕਿਸੇ ਨੇ ਕੇਂਦਰ ਕਿਹਾ, ਪ੍ਰਧਾਨ ਨਾ ਕੇਂਦਰ ਨਹੀਂ ਹੈ ਉਹ, ਕੇਂਦਰ ਉਹ ਰਿਲੀਜ਼ਨ ਆ, ਉਹ ਸੰਗੀਤ ਉਹਦਾ ਪਾਰਟ ਹੈ, ਉਹਦਾ ਸਹਾਇਕ ਹੈ, ਉਹਦਾ ਮਾਧਿਅਮ ਹੈ। ਇਸ ਤੋਂ ਇਸੇ ਕਰਕੇ ਜਿਹੜਾ ਸਾਡੇ ਜਦੋਂ ਅਸੀਂ ਉਚਾਰਨ ਦੀ ਗੱਲ ਕਰਦੇ ਹਾਂ, ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨ ਸਾਰੀਆਂ ਨਹੀਂ ਮੈਂ ਫੇਰ ਕਹਿ ਦੇਵਾਂ, ਬਹੁਤੀਆਂ ਇਹ ਨੇ ਕਿ ਮਿਊਜ਼ੀਕਲ ਐਂਗਲ ਤੋਂ ਤਾਂ ਉਹਨਾਂ ਨੂੰ ਮਾਹਰ ਕਰ ਦਿੱਤਾ ਜਾਂਦਾ, ਉਹਨਾਂ ਨੂੰ ਜੋ ਵੀ ਹੁੰਦੀਆਂ ਨੇ ਇਹ ਪੜਤਾਲ, ਸੁਰ, ਜੋ ਕੁਛ ਵੀ ਸੰਗੀਤ ਵਿੱਚ ਹੈ ਉਸ ਤੋਂ ਮਾਸਟਰ ਨੇ। ਬਾਣੀ ਦੀ ਲਾਈਨ ਪੜ੍ਹਨ 'ਚ ਬੜੀ ਮੁਸ਼ਕਲ ਆ ਰਹੀ ਹੈ ਉਹਨਾਂ ਨੂੰ। ਇਹਦੇ ਕਾਰਨ ਕੀ ਹੋ ਜਾਂਦਾ, ਜਿਹੜੀ ਤੱਤ ਵਸਤੂ ਹੈ ਸੈਕੰਡਰੀ ਹੈ। ਬੱਚੇ ਸਵੇਰੇ ਬਹੁਤ ਖੂਬਸੂਰਤ ਉਹ ਕਰ ਰਹੇ ਸੀਗੇ ਸ਼ਬਦ, ਪਰ ਉਹ ਵਾਜਾ ਵਾਵੇ ਨੂੰ ਕੰਨੇ ਜਗ੍ਹਾ ਬੱਬਾ ਬੋਲ ਰਹੇ ਸੀ, ਦਲਾਵਾਂ ਨੂੰ ਲਾਮਾ ਬੋਲ ਰਹੇ ਸੀ, ਵਾਜੇ ਘੁੰਗਰੂ ਵਾਜੇ, ਨੋਟ ਵਾਜੇ ਵਾਜਾ। ਮਤਲਬ ਇਹ ਜਸਟ ਫਾਰ ਵਨ ਐਗਜ਼ਾਮਪਲ, ਨੋਟ ਐਟ ਆਲ। ਮੇਰਾ ਕਹਿਣ ਦਾ ਭਾਵ ਇਸ ਹਵਾਲੇ ਨਾਲ ਕੁਛ ਗੱਲਾਂ ਕਰਨੀਆਂ। ਪਹਿਲਾ ਪੁਆਇੰਟ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਜਰ ਚਾਰ ਸਿਸਟਮ ਚੱਲਦੇ ਨੇ, ਇੱਕ ਸਿਰਲੇਖਾਂ ਦਾ, ਇੱਕ ਅੰਕਾਂ ਦਾ, ਇੱਕ ਰਹਾਓ ਦਾ। ਜਿਹੜਾ ਸਿਰਲੇਖ ਪ੍ਰਬੰਧ ਹੈ ਉਹ ਵਾਰਤਕ ਵਿੱਚ ਹੈ, ਬਾਕੀ ਕਵਿਤਾ 'ਚ ਹੈ। ਜਿਹੜਾ ਮਿਊਜ਼ੀਕਲ ਸਿਸਟਮ ਹੈ ਉਹ ਸਿਰਲੇਖ 'ਤੇ ਲਾਗੂ ਨਹੀਂ ਹੈ,
ਸਿਰਲੇਖ ਅਤੇ ਅੱਗੇ ਆਉਣ ਵਾਲੇ ਜਿਹੜਾ ਕੰਪੋਜੀਸ਼ਨ ਹੈ, ਕੰਪੋਜੀਸ਼ਨ ਕਹਿ ਦੇਣਾ ਚਾਹੀਦਾ, ਸੰਗੀਤਕ ਲੈਂਗੁਏਜ ਹੈ, ਨੋਟ ਕਿਹੋ ਕੰਪੋਜੀਸ਼ਨ ਹੈ, ਉਹ ਸ਼ਬਦ ਹੈ। ਮੈਂ ਸ਼ਬਦ ਵੀ ਸ਼ ਨਾਲ ਨਹੀਂ ਬੋਲ ਰਿਹਾ, ਸ਼ਬਦ ਨਹੀਂ ਕਹਿ ਰਿਹਾ, ਸ਼ਬਦ ਹੀ ਬੋਲ ਰਿਹਾ ਕਿਉਂਕਿ ਮੂਲ ਰੂਪ 'ਚ ਉਹ ਸ਼ਬਦ ਹੀ ਹੈ। ਇਹਨਾਂ ਨੇ ਆਹ ਦੇਖੋ ਸ਼ਬਦ ਹੀ ਲਿਖਿਆ, ਦੱਦੇ ਨੂੰ ਔਂਕੜ ਲਾਉਣ ਦੇ ਅਤੇ ਤਾਂ ਜ਼ਿਆਦਾ ਗ੍ਰੈਮੈਟੀਕਲ ਜ਼ਿਆਦਾ ਠੀਕ ਹੋ ਜਾਂਦਾ ਇਹ ਥੋੜ੍ਹੀ ਜਿਹੀ ਪ੍ਰੋਬਲਮ ਰਹਿ ਗਈ। ਖੈਰ ਘੱਟੋ ਘੱਟ ਬਿੰਦੀ ਨਹੀਂ ਲਾਈ, ਇੰਨਾ ਬੱਚਤ ਰਹਿ ਗਈ। ਪਹਿਲਾ ਕੁਐਸਚਨ ਇਹ ਹੈ ਕਿ ਜਿਹੜੇ ਰਾਗ ਦੇ ਵਿੱਚ ਕੀ ਸਿਰਲੇਖ ਨੂੰ ਪੜ੍ਹਿਆ ਜਾਣਾ ਚਾਹੀਦਾ, ਜੇ ਪੜ੍ਹਿਆ ਜਾਵੇ ਤਾਂ ਕੀ ਉਹ ਵਾਰਤਕ ਰੂਪ 'ਚ ਪੜ੍ਹਿਆ ਜਾਵੇ ਜਾਂ ਲੈਅ ਵਿੱਚ ਪੜ੍ਹਿਆ ਜਾਵੇ, ਯਾਨੀ ਕਿ ਮਿਊਜ਼ੀਕਲ ਕੰਪੋਜੀਸ਼ਨ ਸਿਸਟਮ 'ਚ ਪੜ੍ਹਿਆ ਜਾਵੇ ਜਾਂ ਨੋਰਮਲ ਪੜ੍ਹਿਆ ਜਾਵੇ। ਗੁਰਮਤ ਸੰਗੀਤ ਦੀਆਂ 15-20 ਕਿਤਾਬਾਂ ਪੜ੍ਹਨ ਦੇ ਵਿੱਚ ਮਾੜਾ ਮੋਟਾ ਕਿਸੇ ਨੇ ਉਹਦਾ ਨੋਟਸ ਇਸ ਸਿੰਗਲ ਤੋਂ ਲਿਆ ਨਹੀਂ, ਨਾ ਹੀ ਕਿਸੇ ਲੈਕਚਰ 'ਚ ਸੁਣਨ ਨੂੰ ਮਿਲਦਾ ਵੀ ਇਹ ਪੜ੍ਹਨਾ ਚਾਹੀਦਾ ਵੀ ਹੈ ਜਾਂ ਨਹੀਂ। ਇੱਕ ਬਣਾ ਲੈਣਾ ਚਾਹੀਦਾ ਵੀ ਇਹ ਪੜ੍ਹਿਆ ਜਾਵੇ ਜਾਂ ਨਾ ਹੋ ਜਾਵੇ ਜਾਂ ਹੋ ਜਾਵੇ। ਕਈ ਸੱਜਣ ਇਹਨੂੰ ਪੜ੍ਹ ਲੈਂਦੇ ਨੇ, ਕਈ ਛੱਡ ਦਿੰਦੇ ਨੇ। ਦੂਸਰਾ ਜਿਹੜੇ ਸੰਪਾਦਕੀ ਸੰਕੇਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 17 ਕੁ ਨੇ ਮੋਟੇ ਜਿਹੇ, ਮਤਲਬ 3 ਹੀ ਥਾਵੇਂ ਆਏ ਨੇ, ਤਤਕਰੇ ਵਿੱਚ, ਸਿਰਲੇਖਾਂ ਵਿੱਚ, ਇੱਕ ਸ਼ਬਦ ਜਿੱਥੇ ਸਮਾਪਤ ਹੁੰਦਾ ਉਹਦੇ ਲਾਸਟ ਵਿੱਚ। ਤਤਕਰੇ ਨੂੰ ਬਾਣੀ ਪੜ੍ਹਨ ਵਿੱਚ ਅਰਥਾਂ ਵਿੱਚ ਬਣਾਇਆ ਨਹੀਂ ਜਾਂਦਾ, ਇਸ ਕਰਕੇ ਉਹ ਸੰਗੀਤ ਵਿੱਚ ਵੀ ਨਹੀਂ ਬਣਾਇਆ ਜਾਵੇਗਾ। ਇਟਸ ਓਕੇ, ਇਹ ਕਲੀਅਰ ਆ। ਜਦੋਂ ਬਾਣੀ ਦੀ ਸਮਾਪਤੀ ਹੋ ਜਾਂਦੀ ਹੈ, ਜਿਹੜੇ ਕੁਝ ਸਿਰਲੇਖ ਆਏ ਨੇ ਉਹਨਾਂ ਦੀ ਗਿਣਤੀ 17 ਕਹਿ, ਉਹ ਸਾਰੇ ਦਿੱਤੇ ਪਏ ਨੇ, ਉਹ ਇੱਥੇ ਬੋਲਣ ਦੀ ਲੋੜ ਨਹੀਂ। ਇਹ ਸਲੋਕਾ ਦੰਤ ਪੜ੍ਹਨਾ, ਸ਼ੁੱਧ ਕੀਚਾ, 16 ਅਸ਼ਟਪਦੀਆਂ, ਇਸ ਤਰ੍ਹਾਂ ਦੇ ਜਿਹੜੇ ਸੰਗੀਤਕ ਸੰਕੇਤ ਨੇ, ਸੋਰੀ ਸੰਪਾਦਕੀ ਸੰਕੇਤ ਨੇ, ਉਹ ਮਿਊਜ਼ੀਕਲ ਦੁਨੀਆ 'ਚ ਪੜ੍ਹਨੇ ਚਾਹੀਦੇ ਜਾਂ ਨਹੀਂ, ਇਹਦੇ 'ਤੇ ਕੋਈ ਫੈਸਲਾ ਹੋਣਾ ਚਾਹੀਦਾ। ਕਈ ਵੀਰ ਕੀ ਕਰਦੇ ਨੇ, ਮਤਲਬ ਰਾਗੀ ਸਿੰਘ, ਕਈ ਪੜ੍ਹ ਵੀ ਦਿੰਦੇ ਨੇ, ਕਈ ਨਹੀਂ ਵੀ ਪੜ੍ਹ ਦਿੰਦੇ, ਜਿਵੇਂ ਜੀ ਕਰਦਾ ਉਵੇਂ ਕਰ ਲੈਂਦੇ ਨੇ। ਗਿਆਨੀ ਸਮੁੰਦ ਸਿੰਘ ਦਾ ਮੈਂ ਕੀਰਤਨ ਬਹੁਤ ਸੁਣਿਆ, ਉਹਨਾਂ ਦੀਆਂ ਵਿੱਚ ਕੁਝ ਵਿਸ਼ੇਸ਼ਤਾਵਾਂ ਨੇ। ਨਵੇਂ ਰਾਗੀ ਤਾਂ ਬਹੁਤੇ ਸੁਣੇ ਵੀ ਨਹੀਂ ਜਾਂਦੇ, ਉਹਨਾਂ 'ਚ ਉਸ ਤਰ੍ਹਾਂ ਦਾ ਵਿਜ਼ਡਮ ਬਹੁਤ ਘੱਟ ਹੈ, ਨਹੀਂ ਕਹਿਣਾ ਤਾਂ ਗਲਤ ਗੱਲ ਹੈ। ਇੱਕ ਆਪਾਂ ਦੇਖਦੇ ਹਾਂ 12 ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 9 ਧੁਨੀਆਂ ਨੇ, ਉਹਦੇ ਵਿੱਚ ਵਾਰ ਵਾਰ ਲਿਖਿਆ ਹੋਇਆ ਵਾਰ ਕੀ ਧੁਨ ਗਾਵਣੀ, ਕੋਈ ਵਾਰ ਵਿੱਚ ਵਾਰ ਦੀ ਆਪਣੀ ਆਪਣੀ ਕੋਈ ਲੈਅ ਵਗੈਰਾ ਕੀ ਹੁੰਦੀ ਹੈ ਇਹ ਤਾਂ ਨਹੀਂ ਮੈਨੂੰ ਪਤਾ, ਢਾਡੀਆਂ ਤੋਂ ਸੁਣਿਆ ਵੈ, ਪਰ ਜਿਹੜੀਆਂ 9 ਵਾਰਾਂ 'ਤੇ ਉਹ ਧੁਨੀਆਂ ਆਈਆਂ ਨੇ, ਕੋਈ ਇਸ ਤਰ੍ਹਾਂ ਦੀ ਕੈਸਟ ਭਰੀ ਹੋਵੇ, ਕੋਈ ਕਿਸੇ ਨੇ ਕੋਈ ਇੱਦਾਂ ਦੀ ਇੰਸਟੀਟਿਊਸ਼ਨ ਉਹਦੀ ਇਸ ਤਰ੍ਹਾਂ ਵੀ ਤਿਆਰੀ ਕਰਾਉਂਦੀ ਹੋਵੇ, ਕਿਸੇ ਨੇ ਜਿਹਨੂੰ ਸ਼ਾਇਦ ਸੁਰਲਿਪੀ ਕਹਿੰਦੇ ਨੇ ਕੋਈ ਇੱਦਾਂ ਦੀ ਵੀ ਤਿਆਰ ਕੀਤੀ ਹੋਵੇ, ਘੱਟੋ ਘੱਟ ਮੇਰੇ ਨੋਟਸ ਵਿੱਚ ਨਹੀਂ ਹੈ। ਜਿੰਨੀਆਂ ਪ੍ਰੋਫੈਸਰ ਤਾਰਾ ਸਿੰਘ ਨੇ ਸੁਰਲਿਪੀਆਂ ਤਿਆਰ ਕੀਤੀਆਂ, ਹੋਰਾਂ ਨੇ ਤਿਆਰ ਕੀਤੀਆਂ, ਉਹਦੇ ਵਿੱਚ ਰਾਗ ਐਂਗਲ ਤੋਂ ਤਾਂ ਹੈਗੀਆਂ, ਪਰ ਮਹਾਰਾਜ ਨੇ ਨਾਲ ਲਿਖਿਆ ਵੈ ਕਿ ਫਲਾਣੀ ਵਾਰ ਕੀ ਧੁਨੀ ਉੱਪਰ ਗਾਉਣੀ, ਉਹਦੀ ਧੁਨੀ ਦਾ ਵੀ ਕੁਛ ਕਰਨਾ ਚਾਹੀਦਾ, ਗਾ ਕੇ ਵੀ ਦੇਖਣਾ ਚਾਹੀਦਾ। ਉਹ ਇੱਦਾਂ ਦੀ ਗਾਉਣ ਨੂੰ ਕਿਤੇ ਸੁਣੀ ਸੁਣਾਈ ਹੈ ਨਹੀਂ, ਹੋ ਸਕਦਾ ਹੋਵੇ, ਮਤਲਬ ਮੈਂ ਇਹ ਨਹੀਂ ਕਹਿੰਦਾ, ਅਤੇ ਨਾ ਹੀ ਕਿਸੇ ਕਿਤਾਬ ਵਿੱਚ ਇੱਦਾਂ ਲੱਭਿਆ ਵੀ ਇਹ 'ਤੇ ਕੋਈ ਡਿਸਕਸ਼ਨ ਕੀਤੀ ਗਈ ਹੋਵੇ। ਇੱਕ ਅੰਕਾਂ ਬਾਰੇ ਗੱਲ ਕਰਨੀ ਸੀ, ਅੰਕਾਂ ਦਾ ਬੜਾ ਲੰਮਾ ਚੌੜਾ ਉਹ ਹੈ, ਮੈਂ ਤਿਆਰ ਤਾਂ ਕਰਕੇ ਲਿਆਇਆ ਸੀਗਾ ਵੀ ਉਹਦੇ ਵਿੱਚ ਦੇਖ ਲੈਂਦੇ ਆਪਾਂ, ਪਰ ਉਹ ਇੱਥੇ ਇੱਦਾਂ ਦਾ ਸਾਧਨ ਹੈ ਨਹੀਂ। ਅਤੇ ਅੰਕਾਂ ਦਾ ਲੰਮਾ ਚੌੜਾ ਸੰਬੰਧ ਹੈ, ਉਹਦੇ ਵਿੱਚ ਇੱਕ ਗੱਲ ਜਿਹੜੀ ਸਿਰਲੇਖਾਂ ਵਿੱਚ ਖਾਸ ਕਰਕੇ ਗੌੜੀ ਰਾਗ ਵਿੱਚ ਆਏ ਨੇ, ਅੰਕ ਆਏ ਨੇ ਛੋਟੇ ਛੋਟੇ ਪੈਰਾਂ ਹੇਠ, 47 ਵਾਰ ਨੇ, ਮਤਲਬ 27 ਵਾਰ ਰਾਗਾਂ ਨਾਲ ਨੇ, ਕੁਛ ਕੁ ਆਏ ਨੇ ਉਹ ਸ਼ਬਦ ਰੂਪਾਂ ਨਾਲ, ਜਿਵੇਂ ਤਿੱਪ ਦੇ, ਦੁੱਪ ਦੇ, ਇੱਕ ਪਦੇ, ਉਹ ਤਾਂ ਕਲੀਅਰ ਹੈ ਕਿ ਉਹ ਸ਼ਬਦਾਂ ਦੀ ਗਿਣਤੀ ਦੱਸਦੇ ਨੇ, ਪਰ ਜਿਹੜੇ ਗੌੜੀ ਰਾਗ ਨਾਲ ਆਏ ਨੇ ਉਹ ਸਾਡੇ ਸਿਆਣੇ ਸਕੋਲਰ ਕਹਿੰਦੇ ਨੇ ਕਿ ਉਹ ਘਰ ਨੇ। ਕੀ ਰਾਗੀ ਸਿੰਘ ਜਾਂ ਗਾਉਣ ਵਾਲੇ ਵੀਰ ਬਾਣੀ ਉਚਾਰਨ, ਮਤਲਬ ਜਦੋਂ ਕੀਰਤਨ ਕਰਦੇ ਨੇ, ਇਹਨਾਂ ਚੀਜ਼ਾਂ ਨੂੰ ਗਾਉਂਦੇ ਨੇ ਨਾਲ? ਕੀ ਗੌੜੀ ਜੇ ਏਕਾ ਲਿਖਿਆ ਪਹਿਲੇ ਰਾਗ ਪਹਿਲੇ ਘਰ ਵਿੱਚ ਹੀ ਗਾਉਂਦੇ ਨੇ ਉਹ? ਕੀ ਇਸ ਐਂਗਲ ਤੋਂ, ਮਤਲਬ ਅਸੀਂ ਕੁਝ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਤਲਬ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਉੱਥੇ ਇੱਦਾਂ ਦੇ ਅੰਕ ਵੀ ਆਏ ਆ, ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ, ਰਾਗ ਨੂੰ ਧਿਆਨ ਰੱਖਣਾ ਇੰਪੋਰਟੈਂਟ ਗੱਲ ਹੈ। ਅੱਗੇ ਘਰ ਦੀ ਗੱਲ ਥੋੜ੍ਹੀ ਜਿਹੀ ਕਰਾਂਗੇ ਜੇ ਟਾਈਮ ਹੋਇਆ, ਮੇਰਾ ਟਾਈਮ ਜਦੋਂ ਹੋਗਾ 2 ਮਿੰਟ ਪਹਿਲਾਂ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਉਪ ਸਿਰਲੇਖ ਆਉਂਦੇ ਨੇ, ਉਦਾਹਰਨ ਵਜੋਂ ਗੌੜੀ ਗੁਆਰੇਰੀ ਤੋਂ ਸ਼ੁਰੂ ਹੁੰਦਾ ਰਾਗ, ਜਿਹੜਾ ਰਗੌੜੀ ਰਾਗ ਹੈ, ਅੱਗੇ ਆ ਕੇ ਗੌੜੀ ਆ ਗਿਆ, ਕੀ ਉਹ ਸਭ ਰਾਗ ਹੀ ਚੱਲਦਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੋਰਟ ਫਾਰਮ ਵਰਤੀ ਗਈ ਹੈ, ਮਤਲਬ ਗੁਆਰੇਰੀ ਦੀ ਜਗ੍ਹਾ ਇਕੱਲਾ ਗੌੜੀ ਗੌੜੀ ਚੱਲ ਪਿਆ, ਜਾਂ ਅੰਕ ਸਿਸਟਮ ਸਾਨੂੰ ਕਹਿੰਦਾ
कि अंक सिस्टम बहुत कुछ स्टडी करने की हेल्प करता है कि किहड़ा राग जानी जे लिखा हुआ है श्री राग महला पहला घर पहला 23 शब्द शब्द जिन्हों कहने आप 23 शब्द बिना घर के चलते हैं कि वह 23 तक घर बन लागू है गुरबाणी का अंक सिस्टम कहता है कि रा ये 23 के 23 शब्दों पर घर एक लागू है पर स्टडीज़ ने जिहड़ियां सुरलिपियां वगैरह बनाईयां ने मैनूं पढ़नियां नहीं आउंदियां पर जिन्ना का मैं मोटा जिहा अनुमान लाया कि जिहड़े सिरलेख के उत्ते घर एक है उहदा तां नोट्स लिया गया अगे जिहड़े 21 रह गए ये थ्रू आउट का लागू हो रहा है हो सकता मैनूं उहनूं पढ़न च प्रॉब्लम आउंदी होवे वी उहदे विच इदां दा नोट्स नहीं लिया जांदा एक जिहड़ी थोड़ी जी लिंग्विस्टिक पॉइंट ऑफ व्यू तों गल है फोनैटिक्स दे एंगल दी गल करदा गुरबाणी विच जिहदे इत्थे सवेरे जिहड़े दिल्ली तों सज्जण आए सी बहुत खूबसूरत गल बोले सी मैं उहनां दा नाम नहीं पता तरसेम सिंह सी शायद जिहड़े दिल्ली तों आए सी परमजीत सिंह हाँ वो उन्होंने एक खूबसूरत गल बोली मैनूं अपने कम दी गल मिली उहनां चों वो कहिंदे वी बाणी च महाराज ने निश्चित कीता कि आही राग विच गाओ आही घर विच गाओ आही फुकाओ तो फिर असी ऑर्थोग्राफिकल लिंग्विस्टिक पॉइंट तो भी तो क्यों नहीं सोचे कि बाणी जिस तरह लिखी उवें पढ़ी जाए उहदियां मैं तुहानूं दो एग्जाम्पल दसदा ये बहुत सारे रागी सुनने तो बाद मैं रागियां नूं राग दे एंगल तो नहीं सुनिया इस एंगल तो सुनदा जिहड़े मैं तुहानूं गल करदा उहनां च कुछ वड्डे रागी भी ने सत्कारयोग ने उहनां च भाई सुमंद सिंह किते किते अपवाद ठीक मिल जांदे ने गुरबाणी के अंतम शब्दों च सिहारी ते औंकड़ लग्या होया जिन्हां नूं व्याकरण विच विभक्ति कहिंदे आ छंद शास्त्र विच हरसव चिन्ह कहिंदे आ म्यूजिक की च कहिंदे मैनूं पता नहीं कोई विरला रागी है जिहड़ा उहनां नूं उचार सकदा होवे सिद्धा पढ़दे आ हालांकि वह बोलना चाहिए इस तरह बहुत सारिया जिहड़ियां आधुनिक धुनां ने श दी ख दी ज दी देयर सो मैनी अदर रिलेटेड ऑन दैट ये सारिया दियां सारिया रागी सिंह साडे वीर अचेत ही बाणी के शब्दों में शामिल करके गाउंदे ने ये मॉडर्न ने 1920-22 के साडे च श धुनी एंटर हो रही है भाई मैया सिंह के कोश में नहीं आई 1898 तक नहीं आई है 1920 आई है गुरु ग्रंथ साहब की भाषा 15वीं सदी की है इन 15वीं सदी च ही गाना चाहिए 20वीं सदी 21वीं आधुनिक बना के नहीं गाना चाहिए आधुनिक परिपेख नहीं करना चाहिए मतलब टाइटल तो माड़ा नहीं मेरा मतलब गाने का इवें नासकीकरण की प्रवृत्ति बहुत ज़्यादा बढ़ गई है तो असी चंग्याईया वर्गे शब्द में भी चंग्याईया तीन बिंदियां ला के बोलते हैं मतलब बिरले रागी ने जिहड़े चीज़ों वल ध्यान देंदे ने जिस तरह लिखिया उवें पढ़ना चाहिए इवें मतलब कीर्तनी वीर अपने कीर्तनी जोश में बाणी की लिखित जोश होश खो बैठते हैं कई बार उहदा ध्यान रखना चाहिए एक हैगी जिवें समासी रूप ने वाकांशी ने बहुत सारिया एग्जाम्पल ने मैं एक देवगा दो जिमें गगन मैथाल जिहड़ा गगन मैथा आप सारे सोहेला साहब च पढ़ते हाँ वो गगन ते मैं एक लफ्ज़ है मई मम्मा जईया मया गगन रूपी गगन मई था पर पढ़न वेले रागियां दियां मैं कई कैसटा जिहड़े सोहेले ते पढ़े गगन नूं अड्ड बोलते हैं मैं अड्ड बोलते हैं वो दो वाकांश वो बना लेंदे ने उचारखंड इहनूं एक रख के बोलना चाहिए इवें समासी वर्ड ने एक सज्जन जिमें भाई गुरदास जी की तुक है ये गल्लां खासियां ने बस छेती छेती निबड़ांगा दूजा रबाबी मरदाना मरदाना एक लफ्ज़ है उन्हें चार उचारखंड बनाए उचारखंड टैक्निकल टर्म है उहदा सौखा अर्थ हुंदा है कि कोई शब्द मूल रूप च किवें आ उहनूं किवें हरेक धुनी अनुसार बोलिया जाए और बच्चे लड़ना बाहर जाके लड़ लो प्लीज़ इत्थे नहीं जिमें वह बोल रहा मैं थोन बोलिया तो जा नहीं रहा उन्हें मम्मा अड्ड बोलिया रारा अड्ड बोलिया दद्दा अड्ड बोलिया कन्ना मतलब घट्टो घट्ट इस दे छे उचारखंड बना ले जो लिंग्विस्टिक पॉइंट व्यू तो बिल्कुल गलत ने जानी उचारखंडा का वाकांशां का समासी वर्ड्स का यह ध्यान रखना बहुत जरूरी है इवें एक पलुत उचारण हुंदा है पलुत का सौखा उचारण है तीरा जिमें ओंकार है जजे बिहारी आड़ा जी जजे बिहारी जी ट्रिपल होंदी है उचारण विच साढ़े हरसव नूं दीर्घ कर लिया जाता है उचारण का मतलब म्यूजिक विच गाण वाले पता नहीं उहदा म्यूजिक विच कोई मीनिंग हैगा कि नहीं पर लिंग्विस्टिक विच कोई मीनिंग नहीं लिंग्विस्टिक विच जिहड़ा लघु है लघु रहेगा जिहड़ा दीर्घ है दीर्घ रहेगा जिहड़ा पलुत है पलुत रहेगा इहनूं किते तालमेल करन दी लोड़ है ये चीज़ां नूं बहुत उदाहरणां ने इवें विश्राम चिन्हां ते मैं एक गल कहांगा विश्राम चिन्ह
ਯਤੀ ਕਹਿੰਦੇ ਨੇ ਜਿਵੇਂ ਛੰਤਾ ਕੀ ਜਤੇ ਆਇਆ ਬਾਈ ਮੇਰਾ ਟਾਈਮ ਹੋ ਗਿਆ ਜੀ ਮੈਂ ਸਾਰੀਆਂ ਗੱਲਾਂ ਛੱਡ ਕੇ ਲਾਸਟ ਗੱਲ ਕਰ ਦਿੰਦਾ ਫਿਰ ਗੱਲਾਂ 15 ਵੀ ਹੋਰ ਨੇ ਲਾਸਟ ਗੱਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਡੇ ਜਿੰਨੀਆਂ ਵੀ ਸੰਗੀਤ ਅਕੈਡਮੀਆਂ ਨੇ ਜਿੰਨੀਆਂ ਵੀ ਸੰਗੀਤ ਅਕੈਡਮੀਆਂ ਨੇ ਉੱਥੇ ਗੁਰਬਾਣੀ ਸੰਥਿਆ ਜ਼ਰੂਰ ਰੱਖਣੀ ਚਾਹੀਦੀ ਹੈ ਸਾਡੀਆਂ ਸਾਡੇ ਜਿਹੜੇ ਸਕਾਲਰਸ ਨੇ ਉਹਨਾਂ ਨੂੰ ਰਾਗ ਲੈ ਮਿਊਜ਼ਿਕ ਵਿੱਚ ਬੜਾ ਮਾਸਟਰ ਕਰ ਦਿੱਤਾ ਜਾਂਦਾ ਹੱਥ ਚੱਲਦੇ ਨੇ ਉਹਨਾਂ ਦੇ ਦੇਖ ਕੇ ਹੈਰਾਨ ਹੋਈਦਾ ਬਾਜੇ 'ਤੇ ਪਰ ਪੜ੍ਹਨਾ ਮੂਲ ਮੰਤਰ ਵੀ ਨਹੀਂ ਆਉਂਦਾ ਮਤਲਬ ਸਧਾਰਨ ਲਫ਼ਜ਼ ਵੀ ਨਹੀਂ ਪਤਾ ਉਹਦੇ ਨਾਲ ਬਹੁਤ ਜ਼ਿਆਦਾ ਇਸ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਰਾਗਾਂ ਪੜਤਾਲਾਂ ਅਰੋਹਾਂ ਅਵਰੋਹਾਂ ਜਾਤੀਆਂ ਸਥਿਤੀਆਂ ਵਿੱਚ ਮਾਸਟਰੀ ਹਾਸਲ ਕਰਨੀ ਇੰਪੋਰਟੈਂਟ ਹੈ ਪਰ ਸੈਕੰਡਰੀ ਆ ਇਹ ਬਹੁਤ ਵਧੀਆ ਗੱਲ ਹੈ ਕਿ ਇਹਦੇ ਵਿੱਚ ਮਾਸਟਰੀ ਉਹ ਹੋਵੇ ਇੱਕ ਇਹ ਮਹਿਜ਼ ਅਕਾਦਮਿਕ ਪ੍ਰਤ ਹੈ ਇਹ ਇੱਕ ਪ੍ਰਤਵ ਹੈ ਬਖਸ਼ਿਸ਼ ਨਹੀਂ ਸ਼ਬਦ ਹੈ ਕੇਂਦਰ 'ਤੇ ਸਾਡੀ ਲਾਈਫ ਸ਼ਬਦ ਨੇ ਬਦਲਣੀ ਹੈ ਸੰਗੀਤ ਉਹਦਾ ਸਹਾਇਕ ਹੈ ਮਿਊਜ਼ਿਕ ਉਹਦਾ ਪਾਰਟ ਹੈ ਸਾਡੀਆਂ ਗੁਰਮਤ ਸੰਗੀਤ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਿੱਚ ਲਿਖਿਆ ਗਿਆ ਸ਼ਬਦ ਸੰਗੀਤ ਹੈਗਾ ਸ਼ਬਦ ਅਤੇ ਰਾਗ ਦਾ ਸੁਮੇਲ ਇਹ ਬਹੁਤ ਗਲਤ ਕਿਸਮ ਦੀ ਮਾੜੀ ਮਤਲਬ ਘਟੀਆ ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਵਿੱਚ ਜਿਹੜਾ ਗੁਰਮਤਿ ਸੰਗੀਤ ਹੈ ਉਹ ਸ਼ਬਦ ਦਾ ਸਹਾਇਕ ਹੈ ਨਾ ਕਿ ਸੁਮੇਲ ਇਹ ਤਾਂ ਫਿਰ ਕਵਿਤਾ ਵੀ ਨਾਲ ਕਰਨੀ ਪਊਗੀ ਦਰਸ਼ਨ ਵੀ ਕਰਨਾ ਪਵੇਗਾ ਫਿਰ ਸਾਨੂੰ ਡੈਫੀਨੇਸ਼ਨਾਂ ਬਦਲਣੀਆਂ ਪੈਣਗੀਆਂ ਇਹ ਇਸ ਤੋਂ ਬਿਨਾਂ ਸੰਗੀਤ ਵਿੱਚ ਗਾਉਣ ਨਾਲ ਮੇਲ ਗੱਲ ਇਹ ਹੈ ਵੀ ਕਈ ਵਾਰ ਜਿਹੜੀ ਚੀਜ਼ ਮੰਜ਼ਿਲ ਹੈ ਜਿਹੜੀ ਚੀਜ਼ ਉਦੇਸ਼ ਹੈ ਉਹ ਸ਼ਬਦ ਹੈ ਇਹ ਮਾਧਿਅਮ ਹੈ ਕਈ ਵਾਰ ਮਾਧਿਅਮ ਅਸੀਂ ਮੰਜ਼ਿਲ ਬਣਾ ਲੈਂਦੇ ਹਾਂ ਇਹਦੇ ਨਾਲ ਕਿਤੇ ਪ੍ਰੋਬਲਮ ਕ੍ਰੀਏਟ ਹੋਊਗੀ ਕਿਤੇ ਵਿਹਲੇ ਟਾਈਮ ਗੱਲਾਂ ਕਰਾਂਗੇ ਘਰ 'ਤੇ ਗੱਲ ਕਰਨੀ ਸੀ ਹੁਣ ਟਾਈਮ ਹੋ ਗਿਆ ਖਤਮ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ